ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਦੀ ਵਿਆਖਿਆ ਕਰਦਾ ਹੈਗਾ। ਇਹ ਅੱਜ ਸਲੋਕ ਆਇਆ, ਵਾਕ ਜਿਹੜਾ ਆਇਆ ਨਾ, ਇਹ ਸਤਿਗੁਰੂ ਅਮਰਦੇਵ ਜੀ ਦਾ ਆਇਆ ਹੈਗਾ। ਇਹਨਾਂ ਦਾ ਅਮਰਦੇਵ ਹੈਗਾ, ਦਾਸ ਨਹੀਂ ਹੈਗਾ, ਦਾਸ ਹੈਗੇ ਰਾਮਦਾਸ। ਅਤੇ ਇਹ ਸਲੋਕ ਮਹਲਾ ਤੀਜਾ। ਜਿਨਕੋ ਸਤਿਗੁਰੂ ਬੇਟਿਆ ਸਹਿ ਹਰ ਕੀਰਤ ਸਦਾ ਕਮਾਹੇ। ਸਤਿਗੁਰੂ ਜਿਨ੍ਹਾਂ ਨੇ ਆਪਣਾ ਭੇਟਿਆ ਨਾ, ਇਹ ਹੈਗਾ ਹਰਿਮੰਦਰ, ਤੇ ਹਰਿਮੰਦਰ ਦੇ ਵਿੱਚ ਜਿਹੜਾ ਬੈਠਾ ਉਹ ਹੈਗਾ ਸਤਿਗੁਰੂ। ਤੇ ਹਰਿਮੰਦਰ ਉਦੋਂ ਤਾਂ ਹੀ ਹੈਗਾ ਜਦੋਂ ਤਾਂ ਤੁਸੀਂ ਸੱਚੇ ਤੇ ਸੰਤੋਖੀ ਹੈਗੇ ਆ। ਜੇ ਤੁਸੀਂ ਲੋਕਾਂ ਨੂੰ ਲੁੱਟਦੇ ਹੈਗੇ ਨਾ, ਲਾਲਚੀ ਹੈਗੇ ਆ, ਇਹ ਸ਼ੈਤਾਨ ਦਾ ਮੰਦਰ ਬਣ ਜਾਂਦਾ, ਉੱਥੇ ਸਤਿਗੁਰੂ ਨਹੀਂ ਹੁੰਦਾ। ਤੇ ਜੇ ਸਤਿਗੁਰੂ ਅੰਦਰ ਹੋਏਗਾ, ਤੁਹਾਨੂੰ ਸੱਚ ਨਾਲ ਪਿਆਰ ਹੋਏਗਾ। ਸੱਚ ਨਾਲ ਪਿਆਰ ਹੋਏਗਾ ਤੇ ਸੱਤ ਨਾਲ ਵੀ ਪਿਆਰ ਹੋਏਗਾ। ਸੱਤ ਜਿਹੜਾ ਹੈਗਾ ਅਕਾਲ ਪੁਰਖ ਦਾ ਨਾਮ। ਤੇ ਇਸ ਕਰਕੇ ਜਿਨ੍ਹਾਂ ਨੇ ਆਪਣਾ ਸਤਿਗੁਰੂ ਭੇਟਿਆ ਨਾ, ਜਿਹੜੇ ਹੈਗੇ ਨੇ ਨਿਆਰੇ ਹੈਗੇ ਨੇ, ਆਪ ਸੋਚ ਸਕਦੇ ਨੇ। ਯਾਨੀ ਕਿ ਸਤਿਗੁਰੂ ਹੁੰਦਾ ਜਿਹੜਾ ਕਿ ਜਿਹੜਾ ਆਪਣੇ ਲੌਜੀਕਲ ਰੀਜਨਿੰਗ ਕਰ ਸਕੇ। ਸੱਤ ਹੈਗਾ ਅਕਾਲ ਪੁਰਖ, ਗੁਰ ਹੈਗਾ ਢੰਗ, ਢੰਗ ਹੈਗਾ ਲੌਜੀਕਲ ਰੀਜਨਿੰਗ। ਉਹ ਆਦਮੀ ਜਿਹੜਾ ਲੌਜੀਕਲ ਰੀਜਨਿੰਗ ਕਰ ਸਕਦਾ ਹੈਗਾ, ਉਹਦੇ ਅੰਦਰ ਸਤਿਗੁਰੂ ਦਾ ਵਾਸਾ ਹੈਗਾ। ਜਿਨਕੋ ਸਤਿਗੁਰੂ ਭੇਟਿਆ, ਜਿਨ੍ਹਾਂ ਨੇ ਉਸ ਦੇ ਮੁਤਾਬਿਕ ਚੱਲਿਆ, ਲੌਜੀਕਲ ਰੀਜਨਿੰਗ ਦੇ ਮੁਤਾਬਿਕ ਚੱਲਿਆ। ਇਹ ਨਹੀਂ ਕਿ ਉਹਨੇ ਆਹ ਕਿਹਾ ਅਤੇ ਉਹਨੇ ਆਹ ਕਿਹਾ, ਉਹ ਨਹੀਂ, ਆਪ ਜਿਹੜਾ ਉਹਨੇ ਸਮਝਿਆ ਹੈਗਾ। ਸਤਿਗੁਰੂ ਭੇਟਿਆ ਸਹਿ ਹਰ ਕੀਰਤ ਸਦਾ ਕਮਾਏ। ਉਹ ਫਿਰ ਸਤਿਗੁਰੂ, ਉਹ ਫਿਰ ਕੀਰਤਨ ਕਮਾਉਂਦੇ ਨੇ, ਉਹ ਹੁੰਦੇ ਨੇ ਗੁਰਮੁਖ। ਜਿਹੜਾ ਗੁਰਮੁਖ ਹੁੰਦਾ ਉਹ ਕੀਰਤਨ ਕਰਦਾ ਹੈਗਾ। ਅਤੇ ਗੁਰਮੁਖ ਦਾ ਹੈਗਾ ਵੀ ਇਹ ਹੈਗਾ, ਚਾਰਟ ਹੈਗਾ ਫਿਰ ਇਹ ਹੈਗਾ ਸਤਿਗੁਰੂ ਅੰਗਦ ਦੇਵ ਜੀ, ਜਿਹਨਾਂ ਨੇ ਹੋਮੇ ਮਾਰੀ। ਇਹ ਸਤਿਗੁਰੂ ਰਾਮ, ਸਤਿਗੁਰੂ ਅਮਰਦੇਵ ਜੀ ਜਿਹਨਾਂ ਨੇ ਦੁਬਧਾ ਭੰਨੀ। ਇੱਥੇ ਸਤਿਗੁਰੂ ਮਿਲਦਾ, ਮਨ ਜਾਗਿਆ ਹੋਵੇ ਉਹਦੀ ਕਿਰਪਾ ਨਾਲ, ਗ੍ਰੇਸ ਆਫ ਗੋਡ। ਅਤੇ ਇੱਥੇ ਫਿਰ ਸਤਿਗੁਰੂ ਮਿਲਦਾ ਹੈਗਾ। ਇਸ ਫਿਰ ਜਿਹੜਾ ਸਤਿਗੁਰੂ ਹੁੰਦਾ, ਇਹਦੇ ਰਾਹੀਂ ਫਿਰ ਸ਼ਬਦ ਗਿਣਿਆ ਜਾਂਦਾ ਹੈਗਾ। ਇਹ ਪਹਿਲਾਂ ਆਦਮੀ ਸਨਮੁੱਖ ਹੁੰਦਾ ਹੈਗਾ, ਸੁਣਦਾ ਹੈਗਾ ਹਰ ਇੱਕ ਚੀਜ਼। ਜਿਹੜੀ ਜਿੱਦਾਂ ਬੱਤੀ ਬਣਾਈ ਨਾ, ਇਹ ਹੈਗੀ ਬੁੱਝੀ ਹੋਈ, ਇਹਦੇ ਹੈਗਾ ਜਗਦੀ ਹੈਗੀ, ਪਰ ਇਹ ਸੁਣਦਾ ਹੈਗਾ। ਗੁਰਮੁਖ ਜਿਹੜੇ ਨੇ ਉਹ ਪ੍ਰਚਾਰ ਕਰਦੇ, ਸੁਣਦੇ ਵੀ ਹੈਗੇ ਅਤੇ ਪ੍ਰਚਾਰ ਵੀ ਕਰਦੇ ਨੇ। ਉਹ ਗੁਰਮੁਖ ਜਿਹੜਾ ਹੈਗਾ ਉਹ ਕੀਰਤਨ ਗਾਉਂਦਾ, ਆਹ ਜਿਹੜਾ ਗੁਰਮੁਖ। ਸਤਿਗੁਰੂ ਮਿਲੇਗਾ ਤਦ ਉਹਨੂੰ ਗੁਰਮੁਖ ਬਣਾਏਗਾ, ਗੁਰਮੁਖ ਬਣੇਗਾ, ਮਾਇਆ ਦਾ ਉਹਨੂੰ ਭਾਅ ਨਹੀਂ ਲੱਗਦਾ। ਫਿਰ ਉਹ ਕੀਰਤਨ ਕਰੇਗਾ। ਫਿਰ ਜੇ ਅਕਾਲ ਪੁਰਖ ਦਾ ਦਇਆ ਕਰੇ ਉਹਨੂੰ, ਫਿਰ ਬਾਂਹ ਫੜ ਕੇ ਉਹਦੀ ਨਾ ਇੱਥੇ ਲੈ ਆਉਂਦਾ ਹੈਗਾ। ਉਹਦੀ ਸੁਰਤ ਅਤੇ ਅਕਾਲ ਪੁਰਖ ਦੀ ਸੁਰਤ 'ਚ ਕੋਈ ਫਰਕ ਨਹੀਂ ਹੁੰਦਾ। ਚੌਥਾ ਪਦ ਹੈਗਾ ਇਹ, ਪਹਿਲਾ ਪਦ, ਦੂਜਾ ਪਦ, ਤੀਜਾ ਪਦ, ਚੌਥਾ ਪਦ। ਚੌਥੇ ਪਦ 'ਤੇ ਅਕਾਲ ਪੁਰਖ 'ਤੇ ਆਦਮੀ 'ਚ ਭੇਤ ਨਹੀਂ ਰਹਿੰਦਾ।
ਜਿੱਦਾਂ ਸਤਿਗੁਰੂ ਅਰਜਨ ਦੇਵ ਜੀ ਇਸ ਪਦ ਦੇ ਸੀਗੇ, ਉਹਨਾਂ 'ਚ ਤਾਂ ਸਤਿਗੁਰੂ ਨਾਨਕ ਦੇਵ ਵਿੱਚ ਕੋਈ ਭੇਦ ਨਹੀਂ ਸੀ, ਦੋਨੋਂ ਚੌਥੇ ਪਦ ਦੇ ਸੀਗੇ। ਇਸ ਕਰਕੇ ਜਿਹੜੇ ਸਤਿਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਉਹ ਨਾਨਕ ਨੂੰ ਦਿੱਤੇ ਸੀਗੇ। ਅਤੇ ਇਸ ਚਾਰਟ ਜਿਹੜਾ ਹੈਗਾ ਇਹ ਮੇਰੀ ਵੈਬਸਾਈਟ 'ਤੇ ਮਿਲ ਸਕਦਾ ਹੈਗਾ। ਅਤੇ ਇਹ ਸੌਖੀ ਬਹੁਤ ਬਾਣੀ ਹੈਗੀ ਜੇ ਤੁਹਾਨੂੰ ਇਹਦੀ ਚਾਹ ਹੋਵੇ। ਅਚਿੰਤ ਹਰ ਨਾਮ ਤਿੰਨ ਕੇ ਮਨ ਵਸਿਆ। ਅਚਿੰਤ ਹੈਗਾ ਵੀ ਬਗੈਰ ਚਿੰਤਾ ਦੇ ਸਹਿਜੇ ਹੀ ਉਹ ਨਾਮ ਜਿਹੜਾ ਹੈਗਾ ਤੁਹਾਡੇ ਮਨ 'ਚ ਆ ਕੇ ਵਸਦਾ ਹੈਗਾ, ਅਤੇ ਉਹ ਤੁਹਾਨੂੰ ਪਤਾ ਨਹੀਂ ਲੱਗੇਗਾ ਵੀ ਕਿੱਥੋਂ ਆ ਗਿਆ ਇਹਦਾ, ਕਿੱਥੋਂ ਮੈਂ ਲੈ ਲਿਆ ਹੈਗਾ। ਉਹ ਸਤਿਗੁਰੂ ਦੇ ਭਾਣੇ ਮਿਲਦਾ ਹੈਗਾ ਲੌਜੀਕਲ ਰੀਜਨਿੰਗ ਨਾਲ। ਅਚਿੰਤ ਹਰ ਨਾਮ ਤਿੰਨ ਕੇ ਮਨ ਵਸਿਆ, ਸੱਚੇ ਸ਼ਬਦ ਸਮਾਹੇ। ਉਹ ਸੱਚੇ ਸ਼ਬਦ ਵਿੱਚ ਸਮਾ ਜਾਂਦੇ ਨੇ, ਉਹਨਾਂ ਨੂੰ ਮਾਇਆ ਦਾ ਭਾਅ ਨਹੀਂ ਚੜ੍ਹਦਾ, ਉਹਦੇ 'ਚ ਉਹਦੇ ਰੰਗ 'ਚ ਰਤੇ ਰਹਿੰਦੇ ਨੇ। ਕੁਲ ਉਧਾਰੇ ਆਪਣਾ, ਮੋਖ ਪਦਵੀ ਆਪੇ ਪਾਏ। ਅੱਛਾ, ਇਹ ਹੈਗਾ ਕੁਲ ਹੈਗਾ ਵੀ ਆਪਣੇ ਜਿਹੜੇ ਹੈਗੇ ਨੇ ਸਾਰਾ ਜਿਹੜਾ ਹੈਗਾ ਉਹਦਾ ਕੰਮ ਕਾਜ ਜਿਹੜਾ ਹੈਗਾ ਉਹ ਸਾਰਾ ਠੀਕ ਹੋ ਜਾਂਦਾ ਹੈਗਾ, ਅਕਾਲ ਪੁਰਖ ਆਪੇ ਉਹਨੂੰ ਠੀਕ ਕਰ ਦਿੰਦਾ ਹੈਗਾ। ਕੁਲ ਉਧਾਰੇ ਆਪਣਾ, ਮੋਖ ਪਦਵੀ ਆਪੇ ਪਾਏ। ਮੋਖ ਹੈਗਾ ਸਾਲਵੇਸ਼ਨ, ਮੁਕਤੀ ਦਾ, ਮੁਕਤੀ ਦੀ ਪਦਵੀ ਆਪੇ ਪਾ ਜਾਂਦਾ। ਕਿਉਂ? ਜਦੋਂ ਤੁਸੀਂ ਅਕਾਲ ਪੁਰਖ ਦਾ ਕਰਦੇ ਆ ਨਾ ਪ੍ਰਚਾਰ, ਜਦੋਂ ਸਤਿਗੁਰੂ ਤੁਹਾਡੇ ਅੰਦਰ ਹੁੰਦਾ, ਦੈਨ ਯੂ ਆਰ ਦੀ ਸਨ ਆਫ ਦੀ ਮੋਸਟ ਹਾਈ। ਜਦੋਂ ਸਨ ਹੋਵੇਗੇ ਮੋਸਟ ਹਾਈ, ਜਿੱਦਾਂ ਦਾ ਉਹ ਮੋਸਟ ਹਾਈ ਹੈਗਾ ਉੱਦਾਂ ਦਾ ਪੁੱਤਰ, ਉਹ ਅਟਰਨਲ ਹੈਗਾ ਅਤੇ ਪੁੱਤਰ ਵੀ ਅਟਰਨਲ। ਪਾਰ ਬ੍ਰਹਮ ਤਿੰਨ ਕੋ ਸੰਤ ਸੱਟ ਬਿਆ, ਜੋ ਗੁਰ ਚਰਨੀ ਜਨ ਪਾਹੇ। ਪਾਰ ਬ੍ਰਹਮ ਹੈਗਾ ਬ੍ਰਹਮ ਤੋਂ ਉੱਪਰ, ਪਾਰ ਬ੍ਰਹਮ ਪ੍ਰਭੂ ਯਾਨੀ ਕਿ ਸੁਪਰ ਨੈਚੁਰਲ ਫਾਦਰ। ਬ੍ਰਹਮਾ ਜਿਹੜਾ ਹੈਗਾ ਉਹ ਨੈਚੁਰਲ ਫਾਦਰ ਹੈਗਾ ਨੇਚਰ ਦਾ। ਬ੍ਰਹਮਾ 'ਚ ਸ਼ਿਵ ਨਿਕਲਿਆ ਨਾ, ਅਤੇ ਉਹਦੇ ਆਪਾਂ ਔਲਾਦ ਹੈਗੇ ਹਾਂ, ਪਾਰ ਬ੍ਰਹਮ ਦੇ ਬੇਟੇ ਸ਼ਬਦ ਪਛਾਤਾ। ਅਤੇ ਜੇ ਸੋਰੀ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਅਤੇ ਜੇ ਤੁਸੀਂ ਬ੍ਰਹਮ ਦੇ ਨਹੀਂ ਬਣਦੇ ਬੇਟੇ ਤਾਂ ਪਾਰ ਬ੍ਰਹਮ ਦੇ ਨਹੀਂ ਬਣ ਸਕਦੇ। ਪਰਾ ਬ੍ਰਹਮ ਤਿੰਨ ਕੋ ਸੰਤ ਸੱਠ ਬਿਆ, ਜੋ ਗੁਰ ਚਰਨੀ ਜਨ ਪਾਹੇ। ਉਹ ਫਿਰ ਜਿਹੜਾ ਹੈਗਾ ਉਹ ਗੁਰਚਰਨੀ ਹੈਗਾ ਵੀ ਢੰਗ, ਜੋ ਢੰਗ ਹੈਗਾ ਉਹਦੇ ਮੁਤਾਬਿਕ ਚੱਲੇ, ਇਹ ਨਹੀਂ ਕਿ ਆਪਣੀ ਚਤਰਾਈ ਚਲਾਏ। ਜਨ ਪਾਹੇ ਉਹ ਉਹਦੇ ਫਿਰ ਲੌਜੀਕਲ ਰੀਜਨਿੰਗ ਦੇ ਹਿਸਾਬ ਨਾਲ ਚੱਲਦਾ ਹੈਗਾ। ਜਨ ਨਾਨਕ ਹਰ ਕਾ ਦਾਸ ਹੈ, ਜਿਹੜਾ ਸਤਿਗੁਰੂ ਨਾਨਕ ਹੈਗਾ ਹਰ ਦਾ ਦਾਸ ਹੈਗਾ, ਅਕਾਲ ਪੁਰਖ ਦਾ ਕਿਸੇ ਆਦਮੀ ਦਾ ਨਹੀਂ ਦਾਸ ਹੈਗਾ ਹੈ। ਕਰ ਕਿਰਪਾ ਹਰ ਲਾਜ ਰਖਾਏ, ਉਹ ਆਪੇ ਤੁਹਾਡੀ ਇੱਜ਼ਤ ਰੱਖਦਾ ਹੈਗਾ ਹਰ। ਤੁਸੀਂ ਉਹਦਾ ਕੰਮ ਕਰੋ, ਉਹ ਤੁਹਾਡੇ 'ਤੇ
ਆਪਣਾ ਹੱਥ ਰੱਖਦਾ ਹੈਗਾ ਅਤੇ ਤੁਹਾਡੀ ਲਾਜ ਰੱਖਦਾ ਹੈਗਾ। ਗਲਤੀਆਂ ਕਰੋਗੇ ਉਹ ਤੁਹਾਡੀ ਉਹ ਤੁਹਾਡੇ 'ਤੇ ਲਾਜ ਰੱਖੇਗਾ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉਮੈ ਵਿੱਚ ਹੁੰਦਾ ਹੈਗਾ ਵੀ ਖੜਕ ਹੈਗਾ, ਇੱਕ ਦੂਜੇ ਨਾਲ ਲੜਦੇ ਨੇ, ਖੜਕਦੇ ਨੇ, ਅਤੇ ਉਹ ਝਗੜੇ ਉਹਨਾਂ ਦੇ ਨਹੀਂ ਮੁੱਕਦੇ। ਖੜਕੇ ਵਿਹਾਏ, ਉਹਦੇ 'ਚ ਉਹ ਗੁਜ਼ਰ ਜਾਂਦੀ ਉਮਰ ਉਹਨਾਂ ਦੀ, ਖੜਕਿਆਂ 'ਚ ਇੱਕ ਦੂਜੇ ਨਾਲ ਲੜਦਿਆਂ ਨੂੰ। ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਹਉਮੈ ਦੇ ਵਿੱਚ ਆਦਮੀ ਨਾ ਕਿ ਉਹ ਅਕਾਲ ਪੁਰਖ ਨੂੰ ਪਾਉਂਦਾ ਨਹੀਂ ਹੈਗਾ, ਸੁਰਤੀ ਆਉਂਦੀ ਨਹੀਂ ਹੈਗੀ, ਉਹ ਫਿਰ ਜੰਮਣ ਮਰਨ ਦੀ 84 'ਚ ਪੈ ਜਾਂਦਾ ਹੈਗਾ, ਜੰਮਦਾ ਅਤੇ ਮਰਦਾ ਹੈਗਾ, ਉਹਨੂੰ ਕੋਈ ਲਾਭ ਨਹੀਂ ਹੁੰਦਾ। ਜਿਨਕੋ ਪੂਰਬ ਲਿਖਿਆ ਤਿੰਨਾਂ ਸਤਿਗੁਰੂ ਮਿਲਿਆ ਪ੍ਰਭ ਆਏ। ਜਿਨ੍ਹਾਂ ਦੇ ਤੁਰ ਲਿਖਿਆ ਹੈਗਾ, ਜਿਨ੍ਹਾਂ ਦੀ ਕਿਸਮਤ 'ਚ ਲਿਖਿਆ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈਗਾ, ਪ੍ਰਭ ਆਏ। ਉਹ ਅਕਾਲ ਪੁਰਖ ਦੀ ਉਹ ਕਿਰਪਾ ਨਾਲ ਮਿਲਦਾ ਹੈਗਾ ਅਤੇ ਪ੍ਰਭ ਜਿਹੜਾ ਹੈਗਾ ਉਹ ਅੰਦਰ ਆ ਜਾਂਦਾ ਹੈਗਾ, ਪ੍ਰਭ ਆਏ। ਇਹ ਹਰਿਮੰਦਰ ਹੈਗਾ ਨਾ, ਹਰਿਮੰਦਰ ਦੇ 'ਚ ਪ੍ਰਭ ਹੀ ਹੋਣਾ ਹਰ, ਅਤੇ ਇਸ ਕਰਕੇ ਉਹਨਾਂ 'ਚ ਹਰ ਆ ਜਾਂਦਾ ਹੈਗਾ ਅਤੇ ਹਰ ਦੇ ਰਾਹੀਂ ਉਹ ਫਿਰ ਸਤਿਗੁਰ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਸਮਝਦਾ ਹੈਗਾ। ਸੱਤ ਦਾ ਗੁਰ ਜਾਣਨ ਵਾਲਾ ਕਹਿੰਦੇ ਸਤਿਗੁਰੂ ਨੂੰ, ਉਹਦਾ ਜਿਹੜਾ ਸੱਤ ਦਾ ਗੁਰ ਹੈਗਾ ਉਹ ਫਿਰ ਪ੍ਰਭ ਸਮਝਾਉਂਦਾ ਉਹਨੂੰ, ਯਾਨੀ ਕਿ ਤੁਹਾਡਾ ਖਜ਼ਾਨਾ ਅੰਦਰ ਹੈਗਾ, ਕੋਈ ਬਾਹਰ ਨਹੀਂ ਹੈਗਾ। ਬਾਹਰ ਉਹ ਚਲੇ ਜਾਂਦੇ ਕੋਈ ਸੰਤ ਪੁਰਾਣਾ ਹੈਗਾ, ਕਹਿ ਦਿੰਦੇ ਫਲਾਣੇ ਡੇਰੇ ਵਾਲਾ, ਫਲਾਣਾ ਡੇਰੇ ਵਾਲਾ, ਅਤੇ ਇੱਦਾਂ ਕਹਿ ਦਿੰਦੇ ਲੋਕ, ਉਹਨਾਂ ਕੋਲ ਕੋਈ ਜਾਣ ਦੀ ਲੋੜ ਨਹੀਂ, ਸਾਰਾ ਕੁਛ ਅੰਦਰ ਹੈਗਾ, ਪ੍ਰਭ ਆ ਗਿਆ ਨਾ ਅੰਦਰ, ਪ੍ਰਭ ਨੇ ਸਮਝਾ ਦੇਣਾ ਤੁਹਾਨੂੰ, ਪ੍ਰਭ ਨਾਲ ਵੱਡਾ ਕਿਹੜਾ ਹੋਰ ਹੈਗਾ। ਅਤੇ ਇਹ ਹਰਿਮੰਦਰ ਦੇ 'ਚ ਪ੍ਰਭ ਰਹਿੰਦਾ ਹੈਗਾ, ਉਹਨੇ ਫਿਰ ਤੁਹਾਨੂੰ ਸਾਰਾ ਸਮਝਾ ਕੇ ਫਿਰ ਤੁਸੀਂ ਮੂੰਹ 'ਚ ਬੋਲਣਾ ਹੈਗਾ ਉਹ ਗੁਰਮੁਖ, ਸੱਤ ਦੇ ਗੁਰ ਨਾਲ। ਸੱਤ ਗੁਰਮੁਖ, ਗੁਰ ਹੁੰਦਾ ਢੰਗ, ਮੁੱਖ ਹੁੰਦਾ ਮੂੰਹ, ਢੰਗ ਨਾਲ ਫਿਰ ਬੋਲਦੇ ਹਾਂ ਤੁਸੀਂ। ਨਾਨਕ ਗੁਰ ਪ੍ਰਸਾਦੀ ਉਭਰੇ, ਹਉਮੈ ਸ਼ਬਦ ਜਲਾਏ। ਨਾਨਕ ਸਤਿਗੁਰੂ ਨਾਨਕ ਜੀ ਕਹਿੰਦੇ ਗੁਰ ਪ੍ਰਸਾਦੀ ਢੰਗ ਦੇ ਨਾਲ, ਪ੍ਰਸਾਦ ਹੈਗਾ ਤੱਤ ਮੋਲ, ਢੰਗ ਦੇ ਨਾਲ ਜਿਹੜਾ ਲੌਜੀਕ ਰੀਜ਼ਨਿੰਗ ਨਾਲ ਜਿਹੜਾ ਤੱਤ ਮੋਲ ਤੁਸੀਂ ਸਮਝਦੇ ਹੈ ਉਹਦੇ ਨਾਲ ਤੁਸੀਂ ਉੱਭਰਦੇ ਹੈਗੇ, ਉਹਦੇ ਨਾਲ ਤੁਹਾਨੂੰ ਆਪਣੀ ਅਪਲਿਫਟ ਹੁੰਦੀ ਹੈਗੀ ਰੂਹਾਨੀ। ਸ਼ਬਦ ਜਲਾਏ, ਉਹ ਸ਼ਬਦ ਜਿਹੜਾ ਉਹ ਹਉਮੈ ਜਲਾਉਂਦਾ ਹੈਗਾ। ਅਤੇ ਇਹ ਹੁੰਦਾ ਵੀ ਜਿੱਦਾਂ ਹੁਣ ਮੈਂ ਕਹਿ ਦਿੰਦਾ ਮੈਂ ਜੱਟ ਹੈਗਾ, ਪਲੋਰੀ ਨਹੀਂ ਜਲਾਉਂਦਾ, ਕਈ ਕਹਿ ਦਿੰਦੇ ਹਉਮੈ ਕਰਦਾ ਹੈਗਾ, ਇਹ ਹਉਮੈ ਨਹੀਂ ਹੈਗੀ, ਇਹ ਜਲਾਈ ਹੋਈ ਹੈਗੀ, ਇਹ ਜਿਹੜਾ ਮੈਨੂੰ ਜਨਮ ਦਿੱਤਾ ਅਕਾਲ ਪੁਰਖ ਨੇ ਉਹ ਜੱਟਾਂ ਦੇ ਕਰ ਦਿੱਤਾ ਹੈਗਾ, ਨਿੱਜਰ ਜੱਟ ਦੇ ਕਰ ਦਿੱਤਾ ਹੈਗਾ। ਅਤੇ ਇਸ ਕਰਕੇ ਜੇ ਮੈਂ ਉਹ ਕਬੂਲ ਨਾ ਕਰਾਂ, ਉਹ ਕਬੂਲ ਨਾ ਕਰਾਂ, ਤਾਂ ਫਿਰ ਮੈਂ ਜਿਹੜੀ ਪਹਿਲੀ ਰਜ਼ਾ ਹੈਗੀ ਨਾ ਅਕਾਲ ਪੁਰਖ ਦੀ, ਉਹਨੂੰ ਮੈਂ ਕਹਿੰਦਾ ਨਹੀਂ ਕਬੂਲ ਕਰਦਾ। ਇਸ ਕਰਕੇ ਕਿਸੇ ਭਗਤ ਨੇ ਆਪਣੀ ਜਾਤ ਨਹੀਂ ਛੁਪਾਈ, ਧੰਨੇ ਨੇ ਜੱਟ ਕਿਹਾ, ਭਗਤ ਕਬੀਰ ਜੀ ਜੁਲਾਹਾ, ਰਵਿਦਾਸ ਜੀ ਚਮਾਰ, ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਜਿਹੜੇ ਬ੍ਰਹਮ ਦੇ ਬੇਟੇ ਨੇ ਉਹ ਪਾਰ ਬ੍ਰਹਮ ਦੇ ਨਹੀਂ ਬਣ ਸਕਦੇ।
ਇਸ ਕਰਕੇ ਜਾਤ ਛਪਾਓ ਨਾ, ਜਾਤ ਦੀ ਹੋਮੇ ਨਹੀਂ ਕਰੀ ਦੀਏਗੀ। ਪੌੜੀ ਹਰਨਾਮ ਹਮਾਰਾ ਪ੍ਰਭ ਅਵਗੁਤ ਅਗੋਚਰ ਅਬਨਾਸੀ ਪੁਰਖ ਵਿਦਾਤਾ। ਜਿਹੜਾ ਹਰ ਦਾ ਨਾਮ ਹਨ, ਹਰ ਦਾ ਨਾਮ ਹਮਾਰਾ, ਜਿਹੜਾ ਹਰ ਦਾ ਨਾਮ ਹੈਗਾ ਇਹ ਪ੍ਰਭ ਅਭਗਤੀ ਹੈਗਾ, ਵਿਅਕਤ ਅਦ੍ਰਿਸ਼ਟ ਅਗੋਚਰ ਹੈਗਾ, ਇੰਦਰੀਆਂ ਦੀ ਪਹੁੰਚ ਤੋਂ ਬਾਹਰ ਪਰੇ, ਯਾਨੀ ਕਿ ਤੁਸੀਂ ਇਹ ਜਿਹੜਾ ਹੈਗਾ ਇਹ ਜਿਹੜਾ ਉਹਦਾ ਨਾਮ ਹੈਗਾ ਤੁਸੀਂ ਕਾਲਜ ਜਾਂ ਯੂਨੀਵਰਸਿਟੀਆਂ 'ਚ ਨਹੀਂ ਪੜ੍ਹ ਸਕਦੇ ਹੈਗੇ। ਇੱਥੇ ਤੁਹਾਨੂੰ ਇੰਦਰੀਆਂ ਦਾ ਸਬਕ ਦਿੱਤਾ ਜਾਂਦਾ ਨਾ ਕਾਲਜ ਅਤੇ ਯੂਨੀਵਰਸਿਟੀਆਂ 'ਚ। ਇਹ ਅਕਾਲ ਪੁਰਖ ਰੂਹਾਨੀ ਗਿਆਨ ਜਿਹੜਾ ਹੈਗਾ ਉਹ ਆਪਣੀ ਦਇਆ ਨਾਲ ਦਿੰਦਾ ਹੈਗਾ, ਨਦਰ ਨਾਲ। ਅਗੋਚਰ ਅਬਨਾਸ਼ੀ ਅਕਾਲ ਪੁਰਖ, ਨਾਸ਼ ਜਿਹੜਾ ਨਾਸ਼ ਨਹੀਂ ਹੁੰਦਾ, ਪੁਰਖ ਵਿਦਾਤਾ ਉਹ ਸਾਰਿਆਂ ਨਾਲੋਂ ਵੱਡਾ ਹੈਗਾ, ਪੁਰਖ ਹੈਗਾ ਦਾਤਾ, ਵੀ ਦਾਨ ਦੇਣ ਵਾਲਾ। ਰਤਾ ਰਹਿੰਦਾ ਹੈਗਾ ਹਰ ਨਾਮੇ ਜੇਵਡ ਕੋਈ ਅਵਰ ਨਾ ਸੂਝੇ, ਹਰ ਨਾਮੋ ਅੰਤ ਛਟਾਤਾ। ਹਰ ਦੇ ਨਾਮ ਬਿਨਾਂ ਕੋਈ ਹੋਰ ਵੱਡਾ ਨਾਮ ਕੋਈ ਚੀਜ਼ ਨਹੀਂ ਹੈਗੀ, ਉਹਨੇ ਹੀ ਅਖੀਰ 'ਤੇ ਤੁਹਾਨੂੰ ਛਡਾਉਣਾ ਹੈਗਾ ਜੰਮਾਂ ਤੋਂ। ਧਰਮ ਰਾਜ ਦਾ ਕਾਗਜ਼ ਤਦੇ ਪਾਟੇਗਾ ਜੇ ਤੁਹਾਡੇ ਅੰਦਰ ਸਤਿਗੁਰੂ ਹੋਏਗਾ, ਸਤਿਗੁਰੂ ਤੁਹਾਨੂੰ ਫਿਰ ਛਡਾਏਗਾ। ਕਿਰਪਾ ਉਹ ਆਪਣੇ ਕੀਰਤਨ ਕਰੇਗਾ ਅਕਾਲ ਪੁਰਖ ਦਾ, ਜਦੋਂ ਕੀਰਤਨ ਕੀਤਾ ਉਹਦੇ ਤੁਸੀਂ ਪੁੱਤਰ ਬਣ ਗਿਆ, ਉਹ ਤੁਹਾਨੂੰ ਫਿਰ ਜੰਮਦੇ ਨਹੀਂ ਭੈਣ ਦਿੰਦਾ ਜਾਂ 84 ਚ ਨਹੀਂ ਆਉਣ ਦਿੰਦਾ। ਹਰ ਨਾਮੇ ਜੇਵਟ ਕੋਈ ਅਵਰ ਨਾ ਸੂਝੇ, ਹਰ ਨਾਮੋ ਅੰਤ ਛਡਾਤਾ। ਹਰ ਨਾਮ ਦੀਆ ਗੁਰ ਪਰ ਉਪਕਾਰੀ, ਧਨ ਧਨ ਗੁਰ ਕਾ ਪਿਤਾ ਮਾਤਾ। ਇਹ ਜਿਹੜਾ ਨਾਮ ਹੈਗਾ ਨਾ ਇਹ ਤੁਸੀਂ ਖਰੀਦਦੇ ਤੁਹਾਨੂੰ ਮੁਫ਼ਤ ਮਿਲਦਾ ਹੈਗਾ ਅਕਾਲ ਪੁਰਖ ਤੋਂ, ਅਤੇ ਜਿਹੜਾ ਉਹ ਫਿਰ ਕਿਤਾਬਾਂ ਲਿਖ ਕੇ ਵੇਚਣ ਲੱਗ ਪੈਂਦੇ ਨਾ ਉਹਨਾਂ ਉਹ ਫਿਰ ਪਰਉਪਕਾਰੀ ਨਹੀਂ ਰਹਿੰਦੇ। ਇਸ ਕਰਕੇ ਜਿਹਨੂੰ ਨਾਮ ਮਿਲਦਾ ਹੈਗਾ ਉਹ ਫਿਰ ਜੇ ਦੱਸਦਾ ਦੂਜਿਆਂ ਨੂੰ ਉਹ ਪੈਸਾ ਨਹੀਂ ਲੈਂਦਾ, ਉਹ ਫਿਰ ਜੇ ਪੈਸਾ ਲੈ ਲਿਆ ਫਿਰ ਉਹ ਪਰਉਪਕਾਰੀ ਨਹੀਂ ਹੁੰਦਾ ਆਦਮੀ, ਫਿਰ ਉਪਕਾਰ ਕਰ ਦਿੱਤਾ। ਅਤੇ ਇਸ ਕਰਕੇ ਜਿਹੜੇ ਹੈਗੇ ਪ੍ਰਚਾਰਕ ਹੈਗੇ, ਜਿਹੜੇ ਨਾਮ ਦੇ ਠੇਕੇਦਾਰ ਹੈਗੇ ਨੇ, ਉਹ ਪੈਸੇ ਨੂੰ ਹੱਥ ਨਹੀਂ ਲਾਉਂਦੇ। ਹਰ ਨਾਮ ਦੀਆ ਗੁਰ ਪਰ ਉਪਕਾਰੀ, ਧਨ ਧਨ ਗੁਰ ਕਾ ਪਿਤਾ ਮਾਤਾ। ਪਿਤਾ ਹੈਗਾ ਅਕਾਲ ਪੁਰਖ, ਮਾਤਾ ਹੈਗੀ ਸੁਰਤੀ ਮਹਾਦੇਵਨ। ਸਤਿਗੁਰੂ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਦੇ ਤੀਜਾ ਵਿਆਹ ਜਿਹੜਾ ਸੀ ਨਾ ਉਹ ਸੀਗਾ ਮਹਾਦੇਵਨ ਨਾਲ, ਉਹ ਜਿਹੜੀ ਸੁਰਤੀ ਦੀ ਮਹਾਦੇਵਨ, ਯਾਨੀ ਕਿ ਪਿਤਾ ਗੋਬਿੰਦ ਅਤੇ ਮਾਂ ਮਹਾਦੇਵਨ ਸੁਰਤੀ, ਉਹਨੇ ਪਤਾਸੇ ਪਾਏ ਸੀ ਅੰਮ੍ਰਿਤ ਵਿੱਚ ਕਿ ਮਿਠਾਸ ਵੀ ਇੱਕ ਮਾਤਾ ਇੱਕ ਪਿਤਾ ਦੇ ਤੁਸੀਂ ਪੁੱਤਰ ਹੈਗੇ ਆ, ਅਤੇ ਇਸ ਕਰਕੇ ਤੁਸੀਂ ਇਕੱਠੇ ਰਹੋ,
ਵੀ ਅਗਲੀ ਦੁਨੀਆਂ ਦੇ ਤੁਹਾਡੇ ਪਿਓ ਵੱਖਰੇ ਵੱਖਰੇ ਹੈਗੇ ਨੇ, ਮਾਤਾ ਪਿਤਾ ਵੀ ਵੱਖਰਾ ਹੈਗਾ, ਅਕਾਲ ਪੁਰਖ ਵਿੱਚ ਇੱਕ ਦੇ ਬਣ ਜਾਈਦਾ ਹੈਗਾ, ਪਿਤਾ ਵੀ ਉਹ ਮਾਤਾ ਵੀ ਉਹ। ਹੁਣ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਮੈਂ ਆਪਣੇ ਜਿਹੜਾ ਸਤਿਗੁਰ ਹੈਗਾ ਉਹਦੀ ਮੈਂ ਬੜੀ ਇੱਜ਼ਤ ਕਰ ਨਮਸਕਾਰ ਕਰਦਾ ਉਹਨੂੰ, ਜਿੱਤ ਮਿਲਿਆ ਹਰ ਨਾਮ ਮੈਂ ਜਾਤਾ, ਜਿਸ ਨੂੰ ਮੈਨੂੰ ਅਕਾਲ ਪੁਰਖ ਨੇ ਦਿੱਤਾ ਹੈਗਾ ਸਤਿਗੁਰੂ, ਉਹਦੀ ਨਜ਼ਰ ਉਹਦੀ ਮਿਹਰ ਨਾਲ ਮਿਲਦਾ ਸਤਿਗੁਰੂ, ਤੇ ਉਹਦੇ ਨਾਮ ਮਿਲਿਆ ਮੈਂ ਨਾਮ ਨੂੰ ਪਛਾਣਿਆ, ਜਾਤਾ ਮੈਂ ਨਾ ਪਛਾਣਿਆ, ਤੇ ਸੂਝ ਮੈਨੂੰ ਹੋਈ। ਦੇ ਬਗੈਰ ਸਤਿਗੁਰੂ ਦੇ ਨਾਮ ਦੀ ਸੂਝ ਨਹੀਂ ਹੁੰਦੀ, ਸਤ ਦਾ ਗੁਰ ਜਾਣਨਾ ਚਾਹੀਦਾ ਹੈਗਾ। ਗੁਰਮੁਖ ਸੇਵ ਕੀਨੀਆ ਹਰ ਨਾਮ, ਗੁਰਮੁਖ ਸੇਵ ਗੁਰਮੁਖ ਹੁੰਦਾ ਜਿਹੜਾ ਗੁਰ ਢੰਗ, ਮੁਖ ਮੂੰਹ ਜਿਹੜਾ ਢੰਗ ਨਾਲ ਬੋਲੇ, ਯਾਨੀ ਜਿਹੜਾ ਢੰਗ ਨਾਲ ਸੇਵ ਕਰੇ, ਨਾ ਕੀਨੀਆ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾਲ ਲੱਗੇ ਪਿਆਰ। ਜੇ ਤੁਸੀਂ ਉਹਦੇ ਨਾਲ ਗੁਰਮੁਖ ਦੇ ਨਾਲ ਆਪਣਾ ਕੀਤਾ ਨਹੀਂ ਹੈਗਾ, ਕੀਰਤਨ ਨਹੀਂ ਕੀਤਾ ਹੈਗਾ, ਯਾਨੀ ਕਿ ਤੁਸੀਂ ਮਾਇਆ ਦੇ ਪਿੱਛੇ ਲੱਗੇ ਆ, ਤੇ ਤੁਹਾਨੂੰ ਗੁਰਮੁਖ ਹੈ ਹੀ ਨਹੀਂ ਤੁਹਾਡੇ 'ਚ, ਗੁਰਮੁਖ ਦੀ ਸੇਵਾ ਨਹੀਂ ਕੀਤੀ। ਗੁਰਮੁਖ ਕਹਿੰਦਾ ਵੀ ਜਦੋਂ ਤੁਸੀਂ ਲੁੱਟਦੇ ਆ ਵੀ ਇਹ ਗਲਤ ਕਰ ਰਿਹਾ ਤੂੰ, ਪਰ ਕਈ ਲੈ ਲੈਂਦੇ ਆ, ਕਿਹੜਾ ਕੋਈ ਦੇਖਦਾ ਹੈਗਾ, ਤੇ ਉਹ ਹੈਗਾ ਉਹ ਗੁਰਮੁਖ ਨਹੀਂ ਹੁੰਦੇ ਆਦਮੀ। ਗੁਰਮੁਖ ਸੇਵ ਨਾ ਕੀਨੀਆ, ਜੇ ਗੁਰਮੁਖ ਦੀ ਤੁਸੀਂ ਸੇਵਾ ਨਹੀਂ ਕਰੋਗੇ, ਹਰ ਨਾਮ ਨਾਲ ਲੱਗੇ ਪਿਆਰ, ਫਿਰ ਨਾਮ ਦੇ ਨਾਲ ਪਿਆਰ ਨਹੀਂ ਲੱਗਦਾ ਹੈਗਾ, ਜੇ ਪਿਆਰ ਨਹੀਂ ਲੱਗ ਜਾ ਤਾਂ ਵੀ ਨਹੀਂ ਹੈਗੀ ਤਾਂ ਮਿਲਦਾ ਵੀ ਕੁਛ ਨਹੀਂ, ਇਹ ਤਦ ਮਿਲਦਾ ਹੈਗਾ ਜੇ ਤੁਹਾਨੂੰ ਤਾਂਘ ਹੈਗੀ, ਜੇ ਤੁਸੀਂ ਲੋਚਦੇ ਹੈਗੇ ਆ, ਤੇ ਨਹੀਂ ਤਾਂ ਉਹ ਨਹੀਂ ਮਿਲਦਾ ਹੈਗਾ। ਇਹ ਸ਼ਬਦ ਸਾਧਨਾ ਆਇਓ, ਫਿਰ ਸ਼ਬਦ ਦਾ ਜਿਹੜਾ ਸਵਾਦ ਹੈਗਾ ਉਹ ਤਾਂ ਆਉਂਦਾ ਨਹੀਂ ਹੈਗਾ। ਮਰ ਜੰਮੇ ਵਾਰੋ ਵਾਰ, ਫਿਰ ਜਿਹੜਾ ਫਿਰ ਜਿਹੜਾ ਬਗੈਰ ਸ਼ਬਦ ਦੇ, ਜਿਹਨਾਂ 'ਚ ਤੁਸੀਂ ਸਨ ਆਫ ਦੀ ਮੋਸਟ ਹਾਈ ਨਹੀਂ ਬਣਦੇ, ਗੁਰਮੁਖ ਨਹੀਂ ਬਣਦੇ, ਉਹਨਾਂ 'ਚ ਤੁਸੀਂ ਜਨਮ ਮਰਨ ਵਿੱਚ 84 ਚ ਪੈ ਰਹੋਗੇ। ਮਨਮੁਖ ਅੰਧ ਨਾ ਚੇਤੀ ਗੇ, ਮਨਮੁਖ ਜਿਹੜਾ ਹੈਗਾ ਅੰਧ ਹੈਗਾ, ਉਹਦੇ 'ਚ ਮਾਇਆ ਮਾਇਆ ਉਹਦੇ 'ਚ ਜਿਹੜਾ ਹੈਗਾ ਨਾ ਸ਼ੈਤਾਨ ਹੈਗਾ, ਆ ਇਹ ਹਰਿਮੰਦਰ ਨਹੀਂ, ਸ਼ੈਤਾਨ ਦਾ ਹੁੰਦਾ, ਉਹਨੂੰ ਮਾਇਆ ਚਾਹੀਦੀ ਹੈਗੀ, ਉਹ ਕਿਸੇ ਨੂੰ ਨਹੀਂ ਪਛਾਣਦਾ, ਇਕੱਲੀ ਮਾਇਆ ਦੀ ਪੂਜਾ ਕਰਦਾ ਹੈਗਾ। ਇਸੇ ਕਰਕੇ ਇੰਡੀਆ 'ਚ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹ ਮਾਇਆ ਦੀ ਖਾਤਰ ਤੁਹਾਨੂੰ ਧੋਖੇ ਦਿੰਦੇ ਨੇ, ਜ਼ਮੀਨਾਂ ਖੋਹ ਲੈਂਦੇ ਨੇ, ਮਕਾਨ ਖੋਹ ਲੈਂਦੇ, ਸਭ ਕੁਛ ਕਰ ਲੈਂਦੇ ਨੇ, ਅਤੇ ਫਿਰ ਕਚਹਿਰੀਆਂ 'ਚ ਤੁਸੀਂ ਘੁੰਮਦੇ ਫਿਰੋ, ਅਤੇ ਉੱਥੇ ਕਚਹਿਰੀਆਂ 'ਚ ਫੈਸਲੇ ਨਹੀਂ ਹੁੰਦੇ, 30-30 ਸਾਲ ਉਮਰ ਗੁਜ਼ਰ ਜਾਂਦੀ, ਆਦਮੀ ਮਰ ਜਾਂਦਾ ਹੈਗਾ, ਅਤੇ ਉਹ ਬੜੇ ਖੁਸ਼ ਹੁੰਦੇ ਵੀ ਹੁਣ ਮਰ ਗਿਆ ਤਾਂ ਹੁਣ ਸਾਡੀ ਹੋ ਗਈ। ਇਹ ਮਨਮੁੱਖ ਅੰਧ ਨਾ ਚੇਤੀਏ, ਉਹਨਾਂ ਦੇ ਚੇਤੇ 'ਚ ਨਹੀਂ ਆਉਂਦਾ ਅਕਾਲ ਪੁਰਖ, ਉਹਨਾਂ 'ਚ ਤਾਂ ਚੇਤੇ 'ਚ ਮਾਇਆ ਹੈਗੀ। ਕਿਤ ਆਇਆ ਸੰਸਾਰ, ਉਹਨਾਂ ਦੇ ਫਿਰ ਕਹਿੰਦੇ ਵੀ ਆਉਣ ਦਾ ਕੀ ਫਾਇਦਾ ਇਸ ਸੰਸਾਰ ਵਿੱਚ, ਤੂੰ ਆਇਆ ਵੀ ਹੈਗਾ ਅਤੇ ਪਿਆਰ ਵੀ ਨਹੀਂ ਲੱਗਿਆ ਤੇਰਾ ਸ਼ਬਦ ਨਾਲ, ਉਹ ਬਸ ਮਾਇਆ ਦੇ ਸ਼ਬਦ 'ਚ। ਨਾਨਕ ਜਿਨ ਕੋ ਨਦਰ ਕਰੇ ਸਹਿ ਗੁਰਮੁਖ ਲੰਘੇ ਪਾਰ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜਿਹਦੇ 'ਤੇ ਉਹ ਨਜ਼ਰ ਕਰਦਾ ਅਕਾਲ ਪੁਰਖ, ਉਹ ਗੁਰਮੁਖ ਜਿਹੜਾ ਹੈਗਾ ਲੰਘੇ ਪਾਰ, ਉਹ ਪਾਰ ਲੰਘ ਜਾਂਦਾ ਹੈਗਾ, ਯਾਨੀ ਕਿ ਉਹਦੀ ਮੁਕਤੀ ਹੋ ਜਾਂਦੀ ਹੈਗੀ। ਮਹੱਲਾ ਤੀਜਾ, ਇੱਕੋ ਸਤਿਗੁਰੂ ਜਾਗਤਾ ਹੋਰ ਜਗ ਸੁੱਤਾ ਬੋਹੇ ਪਿਆਸ। ਇੱਕੋ ਸਤਿਗੁਰੂ ਜਾਗਦਾ ਹੈਗਾ ਹੋਰ ਜਗ ਸੁੱਤਾ, ਹੋਰ ਜਗ ਸੁੱਤਾ ਹੈਗਾ ਮੋਹੇ ਪਿਆਸ, ਉਹਨੂੰ ਇਹਦੀ ਮੋਹ ਹੈਗਾ ਦੁਨੀਆ ਦਾ, ਮੋਹ ਹੁੰਦਾ ਹੈਗਾ ਆਪਣੀ ਜ਼ਮੀਨ ਦਾ, ਬੱਚਿਆਂ ਦਾ, ਮੇਰੀ ਤੇਰੀ ਕਰਦਾ ਉਹ। ਫਿਰ ਜਦੋਂ ਮੇਰੀ ਤੇਰੀ ਕਰਦਾ ਹੈਗਾ ਫਿਰ ਇੱਕ ਨਾਲ ਬੇਇਨਸਾਫੀ ਹੋ ਜਾਂਦੀ ਹੈਗੀ, ਉਹ ਮੋਹ ਦੇ ਹਿਸਾਬ ਨਾਲ ਕਰਦਾ ਹੈਗਾ ਵੀ ਆਹ ਮੇਰਾ ਰਿਸ਼ਤੇਦਾਰ ਹੈਗਾ। ਜਿੱਦਾਂ ਪੰਚਾਇਤ 'ਚ ਹੁੰਦੇ ਨਾ, ਪੰਚਾਇਤੀ ਬੈਠੇ ਹੁੰਦੇ ਤਾਂ ਆਪਣੀ ਢੇਰੀ ਦੀ ਕਰ ਜਾਂਦੇ ਨੇ ਹਮਾਇਤ, ਉਹਦੇ ਬਾਰੇ ਬੋਲਦੇ ਰਹਿੰਦੇ ਵੀ ਇਹ ਚੰਗੇ ਕਿ ਨੇ, ਬਿਸ਼ਕ ਦੀ ਦੂਜਾ ਚੰਗਾ ਹੋਵੇ ਆਪਣੇ ਉਹ ਕਹੀ ਜਾਂਦੀ ਚੰਗਾ ਹੈਗਾ ਉਹਨੂੰ, ਯਾਨੀ ਕਿ ਆਪਣਾ ਮੋਹ ਹੁੰਦਾ ਨਾ ਉਹਦੀ ਪਿਆਸ, ਉਹ ਲੋਕਾਂ ਦੀ ਤਰੀਫਾਂ ਲਈ, ਅਤੇ ਉਹ ਜਿਹੜੇ ਉਹ ਨਹੀਂ ਕਾਮਯਾਬ ਹੁੰਦੇ, ਉਹਨਾਂ ਨੂੰ ਨਹੀਂ, ਉਹ ਸੁੱਤੇ ਹੀ ਰਹਿੰਦੇ ਨੇ। ਉਹ ਜਿਹੜੇ ਜਾਗੇ ਹੋਏ ਨੇ ਉਹ ਇਨਸਾਫ ਕਰਨਗੇ, ਆਹ ਠੀਕ ਹੈਗਾ ਆਹ ਗਲਤ ਹੈਗਾ, ਬਿਸ਼ਕ ਦੀ ਆਪਣੀ ਢੇਰੀ ਹੋਵੇ ਜਾਂ ਬਗਾਨੀ ਹੋਵੇ, ਉਹ ਕੁਛ ਨਹੀਂ ਫਰਕ ਸਮਝਦੇ। ਸਤਿਗੁਰੂ ਸੇਵਨ ਜਾਗਨ ਸਹਿ ਜੋ ਰੱਤੇ ਸੱਚ ਨਾਮ ਗੁਣਤਾਸ। ਸਤਿਗੁਰੂ ਸੇਵਨ, ਜਿਹੜੇ ਸਤਿਗੁਰੂ ਨੂੰ ਸੇਵਦੇ ਨੇ ਆਪਣੇ ਨੂੰ, ਜੋ ਉਹ ਜਾਗਦੇ ਹੈਗੇ ਨੇ, ਸਹਿ ਜੋ ਰੱਤੇ ਸੱਚ ਨਾਮ ਗੁਣਤਾਸ, ਜਿਹੜੇ ਅਕਾਲ ਪੁਰਖ ਦੇ ਗੁਣਾਂ ਦੇ ਖਜ਼ਾਨੇ ਜਿਨ੍ਹਾਂ ਦੇ ਪਾਸ ਹੈਗੇ ਨੇ, ਉਹ ਅਕਾਲ ਪੁਰਖ ਦੇ ਨਾਮ ਦੇ ਨਾਲ ਰੱਤੇ ਹੋਏ ਹੈਗੇ ਨੇ, ਉਹਨਾਂ ਕੋਲ ਖਜ਼ਾਨਾ ਹੈਗਾ ਅਕਾਲ ਪੁਰਖ ਦਾ। ਅਤੇ ਇਹ ਹੈਗੀ ਇਹਦੀ ਵਿਆਖਿਆ। ਇਹ ਸੌਖਾ ਹੈਗਾ ਬਹੁਤ ਇਹੋ ਜਿਹੇ, ਪਰ ਇਹ ਜਿਹੜਾ ਜਿੰਨਾ ਚਿਰ ਤੁਸੀਂ ਫੇਸ ਟੂ ਫੇਸ ਨਹੀਂ ਨਾ ਸਮਝਦੇ, ਇਸ ਨੂੰ ਸਮਝਣਾ ਥੋੜ੍ਹਾ ਜਿਹਾ ਔਖਾ ਹੈਗਾ। ਇਹ ਜਿਹੜੇ ਮੇਰੇ ਚਾਰਟ ਬਣਾਇਆ ਨਾ ਪ੍ਰਿੰਟਰੀ ਦੀ ਚੀਜ਼ ਦਾ, ਇਹਨੂੰ ਤੁਸੀਂ ਸਮਝੋ, ਇਹਦੇ 'ਤੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ। ਇਹਦੇ 'ਚ ਜਿਹੜੇ ਛੇ ਕਰ ਛੇ ਉਪਦੇਸ਼ ਹੋਏ ਨਾ, ਉਹਨਾਂ ਦੀ ਸਾਰਾ ਪਤਾ ਲੱਗ ਜਾਏ ਕੀ ਫੰਕਸ਼ਨਸ ਕੀ ਸੀਗੀਆਂ, ਸਤਿਗੁਰੂ ਨਾਨਕ ਦੇਵ ਜੀ ਫੰਕਸ਼ਨ ਕੀ ਸੀ, ਅੰਗਦ ਦੇਵ ਜੀ ਦੀ ਕੀ ਸੀ ਫੰਕਸ਼ਨ। ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਜਨਰਲ ਇੰਟਰੋਡਕਸ਼ਨ ਦਿੱਤੀ, ਸਤਿਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੀ ਨੀਂਹ ਰੱਖੀ ਹੋਮੇ ਮਾਰ ਕੇ, ਸਤਿਗੁਰੂ ਅਮਰਦੇਵ ਜੀ ਨੇ ਦੁਬਧਾ ਮਾਰੀ, ਅਤੇ ਸਤਿਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਫਿਰ ਅਕਾਲ ਪੁਰਖ ਨਾਲ ਜੋੜਿਆ, ਉਹਨਾਂ ਦਾ ਮੋਹ ਤੋੜਿਆ, ਯਾਨੀ ਕਿ ਆਪਣੇ ਮੇਰੀ ਤੇਰੀ ਢੇਰੀ ਦਾ ਉਹਨਾਂ ਨੂੰ ਤੋੜਿਆ ਮੋਹ। ਅਤੇ ਜਦੋਂ ਚੌਥੀ ਪਦਵੀ 'ਚ ਪੈ ਜਾਏ ਆਦਮੀ ਸਤਿਗੁਰੂ ਅਰਜਨ ਦੇਵ ਜੀ, ਉਹਨਾਂ ਨੇ ਫਿਰ ਚੌਥੇ ਪਦ ਦੇ ਬਾਰੇ ਦੱਸਿਆ, ਜਿੱਥੇ ਜਿਹੜਾ ਕਿ ਹੈਗਾ ਸਾਧੂਆਂ ਦਾ, ਉਹਨਾਂ ਦੇ ਜਿਹੜੇ ਸਿੱਖ ਸਨ ਜਾਂ ਉਹ ਭਗਤ ਸਨ, ਸਾਧੂ ਸਨ, ਉਹ ਮੇਰੀ ਤੇਰੀ ਦੀ ਢੇਰੀ ਨਾ ਉਹਨਾਂ ਨੂੰ ਮਾਇਆ ਨੂੰ ਕੁਛ ਨਹੀਂ ਸੀ, ਉਹ ਨਾਮ ਦੇ ਰੱਤੇ ਹੋਏ ਸੀਗੇ। ਅਤੇ ਸਤਿਗੁਰੂ ਅਖੀਰਲਾ ਸਤਿਗੁਰੂ ਜਿਹੜਾ ਉਹ ਤੇਗ ਬਹਾਦਰ ਜੀ ਸੀਗੇ, ਛੇਵੇਂ ਸਤਿਗੁਰੂ, ਅਤੇ ਉਹਨਾਂ ਨੇ ਫਿਰ ਨਾਮ ਦਾ ਖੰਡਾ ਚਲਾਇਆ,
ਉਹ ਨਾਮ ਦੇ ਸਿੱਪਾ ਸਲਾਰ ਸਨ ਅਤੇ ਉਹਨਾਂ ਦੇ ਜਿਹੜੇ ਸਿਪਾਹੀ ਸੀਗੇ ਉਹ ਸੀਸ ਆਪਣਾ ਤਵੀ 'ਤੇ ਰੱਖ ਕੇ ਆਏ ਸੀਗੇ। ਉਹਨਾਂ ਨੇ ਜਦੋਂ ਤਸੀਹੇ ਦਿੱਤੇ ਸੀ ਉਹਨਾਂ ਨੇ ਸੀਹ ਨਹੀਂ ਕੀਤੀ, ਉਹਨਾਂ ਨੇ ਹਟੇ ਨਹੀਂ ਪਿੱਛੇ। ਅੱਗੇ ਤੁਹਾਡੀ ਮਰਜ਼ੀ।